एबीपी साझा देख रहे हो, मैं हां अनुजा शर्मा। नशा तस्करी नू लैके, नशे नू लैके बहुत सारियां खबरां बाहर आईयां और हर तरफों नशे नू रोकन दी जिहड़ी है कोशिश कीती जा रही है। इस वक्त साडे नाल एनसीबी दे डिप्टी डायरेक्टर जनरल ज्ञानेश्वर जी मौजूद ने, उन्हां नाल गलबात करदे आं। सर, तुसीं हुणे प्रेस कॉन्फ्रेंस च दस्सिया कि कैचअप दे थल्ले जिहड़ा लुका के ड्रग्स जिहड़े ने समगल कीते जा रहे सीगे, होर वी इदां दे केसिस आए ने और किस तरीके नाल समगल हो रहे ने इहनां दे विच? देखो, लिसिट चैनल्स का मिसयूज़ कोई नवी गल नहीं है। पहला भी तुसी देखिया सीगा अटारी च रॉक सॉल्ट दे विच ड्रग्स आए, मुलेठी च ड्रग्स आए, बट जूस ते कैचअप वाली स्टोरी हुण नवी आई है। मुंद्रा पोर्ट ते अटारी दे थ्रू जूस ते कैचअप दे कंसाइनमेंट च ये ड्रग्स इत्थे आए सीगे। ते ये जिहड़े क्रिमिनल्स ने ये नवीं नवीं मॉडल सप्रेंडी यूज़ करते हैं, तो एनसीबी का काम है इन्हों नू एनालाइज करके, इन्हों नू फड़ के नई मॉडल सप्रेंडी सिस्टर एजेंसीज नू अपडेट करते रहना। ते जिहड़े ड्रग्स तुसी दस्सिया कि जूस ते कैचअप ने, उन्हां दा कोई ब्रांड भी है? किस तरीके दे ब्रांड्स पहला डेवलप किए जाते हैं इन्हों नू समगल करन दे वास्ते, किस तरीके दे नाल ये सारा गिरोह काम कर रहा है? असी वो डिस्कलोज नहीं करांगे हजे, दैट इज पार्ट ऑफ इन्वेस्टिगेशन, बट दैट इज इनोकुअस लुकिंग कंसाइनमेंट and it becomes very difficult at the border for the border guarding agencies ki oh har ek cheez nu scan kare. Hun inhane thousands of bottles import kitiyan, ode vich kithe luko ke la rahe ne, eh fadna bhi thoda aukha ho janda hai. Until unless you have human int or specific information, random checking cannot be 100%. So is tarike naal eh you misuse kar rahe ne. Brand de bare hale main nahi keh sakunga. ਦੂਜੇ ਪਾਸੇ ਤੁਸੀਂ ਕਿਹਾ ਕਿ ਦੋ ਲੈਬਸ ਜਿਹੜੀਆਂ ਨੇ ਉਹਨਾਂ ਨੂੰ ਵੀ ਨਸ਼ਟ ਕੀਤਾ ਗਿਆ, ਜਿਹੜਾ ਨਸ਼ਾ ਬਣਾ ਰਹੀਆਂ ਸੀਗੀਆਂ, ਪ੍ਰੋਸੈਸ ਕਰ ਰਹੀਆਂ ਸੀਗੀਆਂ, ਕਿੱਦਾਂ ਦੀਆਂ ਇਹ ਲੈਬਸ ਨੇ, ਕਿੰਨੇ ਕੁ ਏਰੀਆ ਦੇ ਵਿੱਚ ਬਣ ਰਹੀਆਂ ਨੇ, ਅਤੇ ਜੇਕਰ ਲੋਕਾਂ ਨੂੰ ਇੱਦਾਂ ਦੀ ਕੋਈ ਸੂਹ ਮਿਲਦੀ ਹੈ ਤਾਂ ਤੁਹਾਨੂੰ ਕਿਸ ਤਰੀਕੇ ਨਾਲ ਦੱਸਣ, ਅਤੇ ਕੀ ਚੀਜ਼ ਹੈ ਕਿ ਉਹਨਾਂ ਨੂੰ ਦੇਖਣੀ ਚਾਹੀਦੀ ਹੈ? ਦੇਖੋ, ਜਿਹੜੀ ਪ੍ਰੈਜੈਂਟ ਲੈਬ ਹੈ, ਇਸ 'ਚ ਮੋਰਫੀਨ ਨੂੰ ਪ੍ਰੋਸੈਸ ਕਰਕੇ ਹੀਰੋਇਨ ਬਣਾ ਰਹੇ ਸੀਗੇ। ਇਹ ਨੋਰਮਲ ਬਾਹਰ ਤੋਂ ਦੇਖਣ ਤੋਂ ਘਰ ਲੱਗਦੇ ਹੈ, ਬਟ ਇੱਥੇ ਕੈਮੀਕਲਸ ਇਕੱਠੇ ਕਰਕੇ, ਡਰੱਗਸ ਇਕੱਠੇ ਕਰਕੇ ਉਹਨਾਂ ਦੀ ਪ੍ਰੋਸੈਸਿੰਗ ਕਰਦੇ ਆ। ਲੋਕਾਂ ਨੂੰ ਚਾਹੀਦਾ ਹੈ ਜੇ ਸਟ੍ਰੇਂਜਰਸ ਦੀ ਮੂਵਮੈਂਟ ਹੋਵੇ, ਜਿਵੇਂ ਇਸ ਕੇਸ 'ਚ ਦੋ ਅਫਗਾਨੀ ਉੱਥੇ ਰਹਿ ਕੇ ਕਰ ਰਹੇ ਸੀਗੇ, ਸਟ੍ਰੇਂਜਰਸ ਦੀ ਮੂਵਮੈਂਟ, ਡਰੱਗਸ ਦੇ ਕੰਟੇਨਰਸ ਜਾਂ ਕੈਨਸ ਉਸ ਤਰੀਕੇ ਨਾਲ ਆਉਂਦੇ ਜਾਂਦੇ ਦਿਖਣ, ਤਾਂ ਇਹਦੀ ਸੂਚਨਾ ਲੋਕਲ ਪੁਲਿਸ ਨੂੰ, ਏਜੰਸੀ ਨੂੰ ਦੇ ਸਕਦੇ। ਗੈਂਗਸ ਅਤੇ ਗੈਂਗਸਟਰਸ ਦਾ ਬੜਾ ਨਾਮ ਆਇਆ, ਅਤੇ ਉਹ ਗੈਂਗਸਟਰਸ ਦਾ ਨਾਮ ਆਇਆ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਸ ਵਕਤ, ਇਹ ਸਾਰਾ ਕਨੈਕਸ਼ਨ ਕਿਵੇਂ ਕੰਮ ਕਰ ਰਿਹਾ? ਲੱਗਦਾ ਕਿ ਇੱਥੇ ਹਜੇ ਵੀ ਅੰਦਰ ਮੋਬਾਈਲ ਫੋਨ ਮੀਟਿੰਗਸ ਸਾਰੀਆਂ ਚੱਲ ਰਹੀਆਂ ਨੇ ਅੰਦਰ? ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ, ਜੇਲ੍ਹਸ ਦੇ ਵਿੱਚ ਬਹਿ ਕੇ ਇਹ ਕ੍ਰਿਮੀਨਲਸ ਓਪਰੇਟ ਤਾਂ ਕਰ ਰਹੇ ਹੈ, ਅਤੇ ਵਿੱਚ ਵਿੱਚ ਉਹਨਾਂ 'ਤੇ ਕਾਰਵਾਈ ਵੀ ਕੀਤੀ ਜਾਂਦੀ ਹੈ, ਕਦੇ ਫੋਨ ਵੀ ਫੜੇ ਵੀ ਜਾਂਦੇ ਹੈ, ਬਟ ਜੇਲ੍ਹਸ ਹੈਵ ਬਿਕਮ ਹੈੱਡਕੁਆਰਟਰਸ ਆਫ ਦੀਸ ਮਾਫੀਆਜ਼ ਐਂਡ ਗੈਂਗਸਟਰਸ ਐਂਡ ਮੀਟਿੰਗ ਗਰਾਊਂਡਸ ਆਲਸੋ। ਇੱਥੇ ਬਹਿ ਕੇ ਨਵੇਂ ਗੈਂਗ ਬਣਾਉਂਦੇ ਹੈ, ਆਪਸ 'ਚ ਇਨਫੋਰਮੇਸ਼ਨ ਐਕਸਚੇਂਜ ਕਰਦੇ ਹੈ, ਸੋ ਵੀ ਹੈਵ ਟੂ ਬੀ ਮੋਰ ਵਿਜੀਲੈਂਟ ਐਜ਼ ਫਾਰ ਐਜ਼ ਜੇਲਸ ਆਰ ਕੰਸਰਨ। ਇਹਦੇ ਬਾਰੇ ਪੰਜਾਬ ਸਰਕਾਰ ਨੂੰ ਵੀ ਤੁਸੀਂ ਲਿਖ ਰਹੇ ਹੋ ਕਿ ਹਾਲੇ ਵੀ ਜੇਲ੍ਹਾਂ ਦੇ ਵਿੱਚੋਂ ਕੰਮ ਇੱਦਾਂ ਦਾ ਹੀ ਚੱਲ ਰਿਹਾ ਆ? ਪੰਜਾਬ ਸਰਕਾਰ ਨੂੰ ਅਸੀਂ ਇਨਫੋਰਮ ਵੀ ਕੀਤਾ ਹੈ, ਨਾਲੇ ਸਟੇਟ ਲੈਵਲ ਮੀਟਿੰਗ 'ਚ ਵੀ ਅਸੀਂ ਇਹ ਮੁੱਦਾ ਉਠਾਇਆ ਸੀਗਾ, ਅਤੇ ਪੰਜਾਬ ਗੌਰਮੈਂਟ ਨੇ ਵੀ ਕਿਹਾ ਉਹ ਵੀ ਸੀਰੀਅਸ ਨੇ ਅਤੇ ਇਹਦੇ 'ਤੇ ਕਾਰਵਾਈ ਕਰ ਰਹੇ ਨੇ। ਅਸੀਂ ਗੱਲਬਾਤ ਕੀਤੀ ਡਿਪਟੀ ਡਾਇਰੈਕਟਰ ਜਨਰਲ ਜਿਹੜੇ ਨੇ ਉਹਨਾਂ ਦੇ ਨਾਲ, ਸਿੱਧੇ ਤੌਰ 'ਤੇ ਦੱਸਿਆ ਕਿ ਜਿਹੜੀ ਇਸ ਵਕਤ ਨਸ਼ੇ ਦੀ ਤਸਕਰੀ ਹੋ ਰਹੀ ਹੈ ਉਹਦੇ ਬਾਰੇ ਬਿਲਕੁਲ ਹਰ ਚੀਜ਼ ਨੂੰ ਦੇਖਿਆ ਜਾ ਰਿਹਾ, ਹਰ ਪੱਖ ਤੋਂ ਦੇਖਿਆ ਜਾ ਰਿਹਾ ਆ, ਅਤੇ ਜਿਹੜੇ ਹਾਲੇ ਵੀ ਗਿਰੋਹ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਵੱਲੋਂ ਹਾਲੇ ਵੀ ਇਹ ਕੰਮ ਜਿਹੜਾ ਆ ਸਿੱਧੇ ਤੌਰ 'ਤੇ ਕੀਤਾ ਜਾ ਰਿਹਾ, ਕਨੈਕਟੀਵਿਟੀ ਪੂਰੀ ਹੈ, ਅਤੇ ਪੰਜਾਬ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਜ਼ਰੂਰ ਸੁਨੇਹਾ ਭੇਜਿਆ ਗਿਆ ਕਿ ਇਹਦੇ ਉੱਤੇ ਜਿਹੜਾ ਆ ਐਕਸ਼ਨ ਲੈਣ ਦੀ ਲੋੜ ਹੈਗੀ ਹੈ। ਕੈਮਰੇ 'ਤੇ ਮੇਰੇ ਸਹਿਯੋਗੀ ਲਾਲਤਾ ਦੇ ਨਾਲ ਅਨੁਜਾ ਸ਼ਰਮਾ, ABP ਸਾਂਝਾ, ਮੋਹਾਲੀ।